ਨੌਜਵਾਨ ਸਾਥੀ ਅੰਮ੍ਰਿਤਪਾਲ ਸਿੰਘ ਜੀ ਦਾ ਚਲੇ ਜਾਣਾ ਜਿੱਥੇ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ, ਉੱਥੇ ਹੀ ਪੰਜਾਬ ਲਈ, ਪੰਜਾਬ ਪੁਲਿਸ ਲਈ, ਸਾਰੇ ਦੇਸ਼ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ। ਮੈਂ, ਅਸੀਂ ਸਾਰੇ ਸਰਕਾਰ ਵੱਲੋਂ ਇਹ ਭਰੋਸਾ ਦਵਾਉਂਦੇ ਹਾਂ ਕਿ ਜਿਹੜੀ ਸ਼ਹਾਦਤ ਹੈ, ਇਸ ਸ਼ਹਾਦਤ ਨੂੰ ਅਜਾਈ ਨਹੀਂ ਜਾਣ ਦਿੱਤਾ ਜਾਏਗਾ ਔਰ ਇਹ ਘਾਟਾ ਤਾਂ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਸਰਕਾਰ ਵੱਲੋਂ ਜੋ ਵੱਧ ਤੋਂ ਵੱਧ ਪ੍ਰਯਾਸ ਹੋਏ ਉਹ ਘਾਟਾ ਪੂਰਾ ਕਰਨ ਦੀ ਕੋਸ਼ਿਸ਼ ਹਮੇਸ਼ਾ ਰਹੇਗੀ। ਪਰਿਵਾਰ ਦੀ ਦੇਖ ਰੇਖ ਹਮੇਸ਼ਾ ਕੀਤੀ ਜਾਂਦੀ ਰਹੇਗੀ ਔਰ ਬਾਕੀ ਜਿਹੜੇ ਸ਼ਰਾਰਤੀ ਅਨਸਰ ਹੈ ਜਾਂ ਗੈਂਗਸਟਰਸ ਹੈ ਉਹਨਾਂ ਨੂੰ, ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ। ਠੀਕ ਹੈ। ਸ਼ਹੀਦ ਅੰਮ੍ਰਿਤਪਾਲ ਸਿੰਘ ਨੇ ਆਪਣੀ ਲਾਈਨ ਆਫ ਡਿਊਟੀ 'ਤੇ ਸੁਪਰੀਮ ਸੈਕਰੀਫਾਈਸ ਕੀਤਾ ਹੈਗਾ ਕ੍ਰਾਈਮ ਦੇ ਅਗੇਂਸਟ ਲੜਦੇ ਹੋਏ, ਅਤੇ ਪੰਜਾਬ ਪੁਲਿਸ ਡਿਪਾਰਟਮੈਂਟ ਨੂੰ ਸ਼ਹੀਦ ਅੰਮ੍ਰਿਤਪਾਲ 'ਤੇ ਮਾਣ ਹੈ। ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਪਰਿਵਾਰ ਨੂੰ ਸਹਿਯੋਗ ਰਾਸ਼ੀ ਵਜੋਂ 1 ਕਰੋੜ ਰੁਪਇਆ ਪੰਜਾਬ ਪੁਲਿਸ ਡਿਪਾਰਟਮੈਂਟ ਵੱਲੋਂ ਅਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ ਜੋ ਐਕਸ ਗ੍ਰਾਸ਼ੀਆ ਗ੍ਰੈਂਟ ਦਿੱਤੀ ਜਾਂਦੀ ਹੈਗੀ ਹਰ ਸ਼ਹੀਦ ਮੁਲਾਜ਼ਮ ਨੂੰ, ਉਹ ਟੋਟਲ 2 ਕਰੋੜ ਰੁਪਇਆ ਨਾਲ 1 ਸਰਕਾਰੀ ਨੌਕਰੀ ਉਹ ਪਰਿਵਾਰ ਦੇ ਨਾਲ ਸਹਿਯੋਗ ਵਜੋਂ ਅਜੇ ਪੰਜਾਬ ਪੁਲਿਸ ਡਿਪਾਰਟਮੈਂਟ ਦੇ ਸ਼ਹੀਦ ਦੇ ਪਰਿਵਾਰ ਦਾ ਧਿਆਨ ਰੱਖਣ ਵੱਲੋਂ ਦਿੱਤੀ ਜਾਏਗੀ ਅਤੇ ਪੂਰਾ ਪੰਜਾਬ ਪੁਲਿਸ ਡਿਪਾਰਟਮੈਂਟ ਸ਼ਹੀਦ ਅੰਮ੍ਰਿਤਪਾਲ ਦੀ ਸ਼ਹਾਦਤ 'ਤੇ ਮਾਣ ਕਰਦਾ ਅਤੇ ਨਾਲ ਹੀ ਹਮੇਸ਼ਾ ਦਿਨ ਰਾਤ ਪਰਿਵਾਰ ਦੇ ਨਾਲ ਖੜ੍ਹਦਾ ਹੈ, ਖੜ੍ਹੇਗਾ। ਦੂਸਰੇ ਪਾਸੇ ਸੁਖਿੰਦਰ ਰਾਣਾ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਕੱਲ੍ਹ ਵੀ ਪੁਲਿਸ ਦੀਆਂ ਅਲੱਗ ਅਲੱਗ ਟੀਮਾਂ ਵੱਲੋਂ ਵੱਡੇ ਪੱਧਰ 'ਤੇ ਨਾਕੇਬੰਦੀ ਕੀਤੀ ਗਈ, ਜੰਗਲਾਂ ਵੀ ਛਾਨਬੀਨ ਕੀਤੀ ਗਈ, ਹਾਲੇ ਤੱਕ ਕੁਛ ਹੱਥ ਲੱਗਾ ਜੀ? ਜਦੋਂ ਫੜਿਆ ਜਾਏਗਾ ਤੁਹਾਨੂੰ ਇਨਫੋਰਮ ਕੀਤਾ ਜਾਏਗਾ। ਸਾਡੀ ਟੀਮਸ ਲੱਗੀਆਂ ਹੋਈਆਂ ਹੈਗੀਆਂ, ਸਾਡੀ ਬਹੁਤ ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਅਤੇ ਉਹਨੂੰ ਜਲਦੀ ਫੜ ਲਿਆ। ਸਰ, 3 ਲੋਕ ਜਾ ਰਹੇ ਆ ਉਸਨੂੰ ਗ੍ਰਿਫਤਾਰ ਕਰਨ ਵਾਸਤੇ, ਕੋਈ ਇਨਪੁੱਟ ਸੀਗਾ ਔਰ ਕੋਈ ਤਿਆਰੀ ਨਹੀਂ ਸੀਗੀ ਇਸੇ ਤਰ੍ਹਾਂ ਹੀ? ਹਾਂਜੀ ਸਰ, ਇਨਪੁੱਟ ਮਿਲਿਆ ਕਿ ਉਸ ਕੋਲ ਬੈਕਪਨ ਹੈ ਔਰ ਕੋਈ ਤਿਆਰੀ ਨਹੀਂ ਸੀਗੀ, ਲਗਾ ਇਸ 'ਤੇ 3 ਲੋਕ ਚਲੇ ਜਾ ਰਹੇ ਹੋ। ਇਸ 'ਤੇ ਬਾਰੇ ਡਿਟੇਲ, 3 ਗਏ, 4 ਗਏ, 5 ਗਏ, ਉਹ ਜਿਹੜੀ ਡਿਟੇਲ ਸੀਗੀ ਉਹ ਮੈਂ ਤੁਹਾਨੂੰ ਵੱਖਰੇ ਤੌਰ 'ਤੇ ਸ਼ੇਅਰ ਕਰ ਦਾਂਗਾ। ਇਸ ਟਾਈਮ ਆਹ ਟਾਈਮ ਠੀਕ ਨਹੀਂ ਹੈਗਾ ਜਿਸ 'ਤੇ ਆਪਾਂ ਗੱਲ ਕਰ ਰਹੇ ਅਤੇ ਨਾਲ ਆਧੀ ਅਧੂਰੀ ਇਨਫੋਰਮੇਸ਼ਨ ਨਾਲ ਤੁਸੀਂ ਕੁਸ਼ਚਨ ਕਰੋਗੇ ਤਾਂ ਠੀਕ ਸਰ। ਜੋ ਹਾਲ ਤੱਕ ਉਹਨੂੰ ਫੜਨ ਲਈ ਪ੍ਰਯਾਸ ਕੀਤੇ ਗਏ ਸਰ, ਸਾਰੀ ਟੀਮਸ ਲੱਗੀਆਂ ਹੋਈਆਂ ਹੈਗੀਆਂ ਅਤੇ ਅਸੀਂ ਜਲਦ ਫੜ ਲਿਆ ਗਏ, ਬਾਕੀ ਜਦੋਂ ਫੜਿਆ ਜਾਏਗਾ ਤੁਹਾਨੂੰ ਅਪਡੇਟ ਕਰਾਂਗੇ।